ਲਓ ਜੀ ਹੁਣ ਮਹਿਲਾ ਦਾ ਗੈਂਗ ਆਇਆ ਸਾਹਮਣੇ। ਦੇਖੋ ਕਿਵੇਂ ਹਨੇਰੇ ਦੇ ਵਿੱਚ ਰਾਤ ਨੂੰ ਸੜਕਾਂ ਤੇ ਕਰਦੀਆਂ ਨੇ ਅਜਿਹੇ ਪੁੱਠੇ ਕੰਮ, ਜਿਨ੍ਹਾਂ ਦੀਆਂ ਤਸਵੀਰਾਂ ਦੇਖ ਇਹਨਾਂ ਦੇ ਘਰ ਵਾਲਿਆਂ ਦੇ ਵੀ ਹੋਸ਼ ਉੱਡ ਗਏ ਹੋਣਗੇ। ਜੀ ਹਾਂ, ਇਹ 5-7 ਮਹਿਲਾਵਾਂ ਇਕੱਠੀਆਂ ਹੋ ਕੇ ਸੁੰਨੀਆਂ ਸੜਕਾਂ ਦੇ ਵਿੱਚ, ਸੁੰਨੀਆਂ ਗਲੀਆਂ ਦੇ ਉੱਤੇ ਅਜਿਹੀ ਕਰਤੂਤ ਖੜਾਉਂਦੀਆਂ ਨੇ। ਇਹਨਾਂ ਨੂੰ ਤਾਂ ਇਹ ਲੱਗਦਾ ਸੀ ਕਿ ਇਹਨਾਂ ਨੂੰ ਕੋਈ ਦੇਖ ਨਹੀਂ ਰਿਹਾ, ਪਰ ਜਦੋਂ ਇਹਨਾਂ ਦੀ ਵੀਡੀਓ ਬਣ ਕੇ ਨੈੱਟ 'ਤੇ ਵਾਇਰਲ ਹੋ ਗਈ ਤਾਂ ਇਹ ਵੀ ਹੈਰਾਨ ਹੋ ਗਈਆਂ। ਜੀ ਹਾਂ, ਦੱਸ ਦਈਏ ਕਿ ਲੁਧਿਆਣਾ 'ਚ ਲਗਾਤਾਰ ਮਹਿਲਾ ਗੈਂਗ ਦੇ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਇਹ ਤਸਵੀਰਾਂ ਲੁਧਿਆਣਾ ਦੇ ਮੁਰਾਦਾਪੁਰਾਂ ਤੋਂ ਸਾਹਮਣੇ ਆਈਆਂ ਨੇ, ਜਿੱਥੇ ਮਹਿਲਾ ਗੈਂਗ ਨੇ ਇੱਕ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਅਤੇ ਲੱਖਾਂ ਰੁਪਏ ਦਾ ਸਮਾਨ ਚੁੱਕ ਕੇ ਫਰਾਰ ਹੋ ਗਈਆਂ, ਜਿਸ ਦੀਆਂ ਤਸਵੀਰਾਂ ਲੱਗੇ ਕੈਮਰੇ 'ਚ ਕੈਦ ਹੋ ਗਈਆਂ। ਆਓ ਮਾਰਦਿਆਂ ਨਜ਼ਰ। ਖੈਰ, ਤੁਸੀਂ ਤਸਵੀਰਾਂ ਦੇਖ ਹੀ ਲਈਆਂ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਮਹਿਲਾਵਾਂ ਦਾ ਇੱਕ ਗੈਂਗ ਬਣਿਆ ਹੋਇਆ, ਜੋ ਕਿ ਫੈਕਟਰੀਆਂ ਦੇ ਵਿੱਚ ਜਾ ਕੇ ਸਮਾਨ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੀਆਂ ਨੇ। ਤਾਂ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਹਿਲਾ ਗੈਂਗ ਨੂੰ ਕਦੋਂ ਤੱਕ ਗ੍ਰਿਫਤਾਰ ਕੀਤਾ ਜਾਵੇਗਾ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।